ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਦਰਸ਼ਕਾਹੋਂ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਸਿੱਖ ਇਤਿਹਾਸ ਦੇ ਹਵਾਲੇ ਨਾਲ 1923 ਦੇ ਵਿੱਚ ਬਬਰ ਕਾਲੀ ਲਹਿਰ ਨਾਲ ਸੰਬੰਧਿਤ ਤਿੰਨ ਸਿੰਘਾਂ ਭਾਈ ਦਲੀਪ ਸਿੰਘ ਭਾਈ ਕਰਮ ਸਿੰਘ ਤੇ ਭਾਈ ਆਤਮਾ ਸਿੰਘ ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ 1973 ਦੇ ਵਿੱਚ ਇਹ ਉਹ ਸਮਾਂ ਸੀ ਕਿਉਂਕਿ ਮਾਸਟਰ ਤਾਰਾ ਸਿੰਘ ਤੋਂ ਬਾਅਦ ਕਾਲੀ ਲੀਡਰਸ਼ਿਪ ਸੰਤ ਫਤਿਹ ਸਿੰਘ ਦੇ ਕੋਲ ਆ ਗਈ ਉਦੋਂ ਨਾਲ ਹੀ ਸੰਤ ਚੰਨਣ ਸਿੰਘ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਦਾ ਰਿਹਾ ਫਿਰ ਜਦੋਂ ਲਖਮਣ ਸਿੰਘ ਗਿੱਲ ਨੇ ਇਹਨਾਂ ਦੋਨਾਂ ਸੰਤਾਂ ਨੂੰ ਜਿਹੜਾ ਉਹ ਅੰਦਰ ਹੀ ਰੱਖਿਆ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਹੀ ਅੰਦਰ ਰਹਿ ਕਿਉਂਕਿ ਇਹਨਾਂ ਦੇ ਉੱਤੇ ਕੋਈ ਕੜਾ ਪ੍ਰਸ਼ਾਦ ਕਪਲਾ ਕੋਈ ਹੋਰ ਕਪਲੇ ਕਰ ਦਿੱਤੇ ਤੇ ਫਿਰ ਇਹਨਾਂ ਦੇ ਖਿਲਾਫ ਔਰ ਚੋਣਾ ਹੋਈਆਂ 1970 ਦੀਆਂ ਹਾਰ ਗਿਆ ਅਕਾਲੀ ਦਲ ਫਤਿਹ ਸਿੰਘ ਬੜਾ ਨਮੋਸ਼ੀ ਚਲਾ ਗਿਆ ਉਹਨੂੰ ਅਸਤੀਫਾ ਦੇਣ ਤੇ ਮਜਬੂਰ ਕੀਤਾ ਪਰ ਮਰ ਗਿਆ ਜਲਦੀ ਜੀ ਚੰਨਣ ਸਿੰਘ ਵੀ ਮਾਰ ਗਿਆ ਮਹੀਨੇ ਦੇ ਵਿੱਚ ਫਿਰ ਦੋਨੋਂ ਸਾਥ ਚਲੇ ਗਏ ਔਰ ਫਿਰ ਜਹਤਾਰ ਮੋਹਨ ਸਿੰਘ ਤੋੜ ਪ੍ਰਧਾਨ ਬਣੇ ਅਕਾਲੀ ਦਲ ਦੇ ਥੋੜੀ ਦੇਰ ਲਈ ਪਰ ਉਹਨਾਂ ਦਿਨਾਂ 'ਚ ਗੁਰਚੰਦ ਸਿੰਘ ਟੋੜਾ ਜਿਹੜਾ ਉਹ ਯੰਗ ਸੀ ਉਹਨੇ ਫਿਰ ਆਪਣੀ ਲੌਬੀ ਕਰਕੇ ਸਮਾਂ ਪਾ ਕੇ ਗੁਰਚੰਦ ਸਿੰਘ ਟੋੜਾ ਅੱਜ ਦੇ ਦਿਨ 1973 'ਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਫਿਰ ਐਸਾ ਪ੍ਰਧਾਨ ਬਣਿਆ ਐਸਾ ਪ੍ਰਧਾਨ ਬਣਿਆ ਵੀ ਛੱਡਿਆ ਨਹੀਂ ਚੰਬੜਿਆ ਹੀ ਰਿਹਾ ਜੀ Uh, 1999 ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਅੱਜ ਦੇ ਦਿਨ ਭਾਈ ਸੁਤੰਤ ਸਿੰਘ ਭਾਈ ਕੇਰ ਸਿੰਘ ਨੂੰ ਫਾਂਸੀ ਦਿੱਤੀ ਗਈ ਪਹਿਲਾਂ ਭਾਈ ਬਲਬੀਰ ਸਿੰਘ ਵੀ ਉਹਨਾਂ ਨੂੰ ਵੀ ਨਾਲ ਫਾਂਸੀ ਦਿੱਤੀ ਗਈ ਸੀ ਲੇਕਿਨ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਸੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1496 ਚ ਮੂਰਿਸ਼ ਫੋਰਟ्रेस ਅਲਹੰਬਰਾ ਜਿਹੜਾ ਸਪੇਨ ਦੇ ਵਿੱਚ ਹੈ ਜਿਹਦੇ ਤੇ ਲਗਭਗ 800 ਸਾਲ ਮੁਸਲਮਾਨਾਂ ਦਾ ਅਰਬਾਂ ਦਾ ਰਾਜ ਰਿਹਾ ਉਹਨਾਂ ਨੂੰ ਮੋਰੋਨ ਕਹਿੰਦੇ ਸੀ ਉਹਨਾਂ ਦੀ ਰਾਜਧਾਨੀ ਜਿਹੜੀ ਹੈ ਬੜਾ ਅਲਹੰਬਰਾ ਉਹਨਾਂ ਨੇ ਬਹੁਤ ਡਿਵੈਲਪ ਕੀਤਾ ਸੋ ਅੱਜ ਦੇ ਦਿਨ ਕ੍ਰਿਸਟੀ ਦੇ ਸਾਹਮਣੇ ਉਹਨਾਂ ਨੇ 1496 ਨੂੰ ਸਰੈਂਡਰ ਕੀਤਾ ਉਹਨੂੰ 1497 ਦੇ ਵਿੱਚ ਅੱਜ ਦੇ ਦਿਨ ਸਰੀਆ ਚੋਂ ਇਹ ਆਰਡਰ ਦਿੱਤਾ ਗਿਆ ਕਿ ਸਾਰੇ ਯਹੂਦੀ ਇਥੋਂ ਦੇਸ਼ੋਂ ਛੱਡ ਕੇ ਚਲੇ ਜਾਣ 1773 ਦੇ ਵਿੱਚ ਮੈਸਾਚੂਸੈਟਸ ਦੇ ਵਿੱਚ ਕਾਲਿਆਂ ਨੇ ਜਿਹੜੇ ਸਲੇਵ ਸੀ ਬਹੁਤੇ ਉਹਨਾਂ ਨੇ ਜਿਹੜੀ ਲੈਜਿਸਲੇਚਰ ਹੈ ਮੈਸਚੂਸ ਸਟੇਟ ਦੀ ਉਹਨੂੰ ਪਟੀਸ਼ਨ ਕੀਤੀ ਕਿ ਭਾਈ ਸਾਡੀ ਸਲੇਵਰੀ ਐਬੋਲਿਸ਼ ਕੀਤੀ ਜਾਏ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਫਰੀडम 인ਡੀਪੈਂਡੈਂਸ ਦੀ ਲੜਾਈ ਹੋਈ ਹੈ ਜੀ 1912 ਦੇ ਵਿੱਚ ਨਿਊ ਮੈਕਸੀਕੋ ਅਮਰੀਕਾ ਦੀ 47th 47ਵੀਂ ਸਟੇਟ ਬਣਿਆ 1942 ਦੇ ਵਿੱਚ ਪਹਿਲੀ ਫਲਾਈਟ ਅਰਾਊਂਡ ਦਾ ਵਰਲਡ ਪੈਨ ਐਮ ਪੈਸੀਫਿਕ ਕਲੀਪਰ ਉਹਨਾਂ ਨੇ ਇਸ ਜਹਾਜ਼ ਨੇ ਕੀਤੀ 1950 ਚ ਬ੍ਰਿਟਨ ਗੋਰੇਵਾ ਸਿਆਣੇ ਨੇ ਵਸ ਉਹਨਾਂ ਨੇ ਅਮਰੀਕਾ ਨੂੰ ਤਾਂ ਕਿੰਨੇ ਸਾਲ ਲੱਗੇ ਚੀਨ ਨੂੰ ਰੈਕਗਨਾਈਜ਼ ਕਰਦੇ ਮੌਸੇ ਤੁੰਗ ਦੇ ਥਲੇ ਤੋਂ ਰੈਵੋਲੂਸ਼ਨ ਆਇਆ ਇਹਨਾਂ ਨੇ 1950 ਚ ਜਿਹੜਾ ਉਹ ਰੈਕਗਨਾਈਜ਼ ਕਰ ਲਿਆ ਕਮਿਊਨਿਸਟ ਚਾਈਨਾ ਨੂੰ 1971 ਦੇ ਵਿੱਚ ਬਰਕਲੇ ਯੂਨੀਵਰਸਿਟੀ ਦੇ ਸਾਇੰਟਿਸਟਸ ਨੇ ਇਹ ਐਲਾਨ ਕੀਤਾ ਕਿ ਉਹਨਾਂ ਨੇ ਸਿੰਥੈਟਿਕ ਗ੍ਰੋਥ ਹਾਰਮੋਨ ਜਿਹੜਾ ਉਹ ਤਿਆਰ ਕਰ ਲਿਆ ਜੀ ਅ uh, 1980 ਦੇ ਵਿੱਚ ਇੰਦਰਾ ਗਾਂਧੀ ਵਾਪਸ ਪਾਵਰ ਦੇ ਵਿੱਚ ਆਈ ਕਿਉਂਕਿ 1976 ਚੋਣੇ ਅ ਮਰਜੈਂਸੀ ਲਾਈ 18 ਮਹੀਨੇ ਮਰਜੈਂਸੀ ਚੱਲੀ ਫਿਰ ਚੋਣਾ ਹੋਈਆਂ ਹਾਰ ਗਈ ਉਹਦੀ ਪਾਰਟੀ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣ ਗਿਆ ਪਰ ਸਭ ਚੂੰ ਚੂੰ ਦਾ ਮਰਬਾ ਸੀ ਭਾਵੇਂ ਜੈਪrakash ਨਰੈਣ ਦੀ ਮਿਹਨਤ ਨਾਲ ਟੋਟਲ ਰੈਵਲੂਸ਼ਨ ਦਾ ਨਾਅਰਾ ਲੱਗਾ ਹੈ ਪਰ ਨਹੀਂ ਚੱਲ ਸਕੇ ਔਰ ਉਦੀ ਸਰਕਾਰ ਜਿਹੜੀ ਹੈ ਪਹਿਲਾਂ ਤਾਂ ਇਹਨਾਂ ਦੀ ਆਪਸੀ ਟੱਕਰ ਸੀ ਮੁਰਾਰਜੀ ਦੇਸਾਈ ਚੌਧਰੀ ਚਰਨ ਸਿੰਘ ਕੌਣ ਬਣੇ ਕੀ ਬਣੇ ਪਰ ਖੀਰ ਜਿਹੜੀ ਹੈ ਉਹਨਾਂ ਦੀ ਸਰਕਾਰ ਟੁੱਟੀ ਤੇ 1980 ਚ ਜਦੋਂ ਦੁਬਾਰਾ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ ਤੇ ਇੰਦਰਾ ਗਾਂਧੀ ਅੱਜ ਦੇ ਦਿਨ ਵਾਪਸ ਪਾਵਰ ਚ ਆਈ ਔਰ ਉਦੋਂ ਤੋਂ ਹੀ 19 ਜੋ ਕੁਝ ਜੂਨ 84 ਦੇ ਵਿੱਚ ਹੋਇਆ ਇੰਦਰਾ ਗਾਂਧੀ ਨੇ 1980 ਵਿੱਚ ਆਪਣਾ ਮਨ ਬਣਾ ਲਿਆ ਸੀ ਕਿ ਵੀ ਐਮਰਜੈਂਸੀ ਦੇ ਖਿਲਾਫ ਸਿੱਖ ਖਲੋਤੇ ਨੇ 40 ਹਜ਼ਾਰ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਹਰ ਚੌਥੇ ਦਿਨ ਮੋਰਚਾ ਲਾ ਕੇ ਬੈਹ ਜਾਂਦੇ ਨੇ ਇਹਨਾਂ ਨੂੰ ਹੁਣ ਸਬਕ ਸਿਖਾਣਾ ਔਰ ਇਹ ਉਹਦੀ ਕੱਲੀ ਦੀ ਸੋਚ ਨਹੀਂ ਸੀ ਕਿਉਂਕਿ ਉਹ ਤਾਂ ਉਹ ਰਾ ਅਜੰਸੀ ਉਹਦੇ ਚੋਂ ਅਗੋਂ 3rd ਏਜੰਸੀ ਉਹ ਰਾ ਦਾ ਇਨਚਾਰਜ ਉਸ ਵੇੜੇ ਇੰਦਰਾ ਗਾਂਧੀ ਦਾ ਇਹ ਰਿਸ਼ਤੇਦਾਰ ਕ ਆਰ ਐਨ ਕਾਸ ਸੀ ਪਰ ਇਹਦੇ ਨਾਲ ਸੋਵੀਅਤ ਯੂਨੀਅਨ ਦੀ ਏਜੰਸੀ ਕੇ ਜੀ ਬੀ ਉਹ ਵੀ ਰਲਈ ਹੋਈ ਸੀ ਕਿਉਂਕਿ ਉਹਨਾਂ ਨੇ ਇਹ ਦੇਖ ਲਿਆ ਸੀ ਕਿ ਜੇ ਕਿਉਂਕਿ ਅਫਗਾਨਿਸਤਾਨ ਜਾ ਕੇ ਸੋਵੀਅਤ ਯੂਨੀਅਨ ਵਾਲੇ ਬੈਠੇ ਹੋਏ ਸੀ ਕਬਜ਼ਾ ਕੀਤਾ ਸੀ ਪਾਕਿਸਤਾਨ ਹੀ ਵਿਚਾਲੇ ਸੀ ਤਾਂ ਉਹਨਾਂ ਨੇ ਦੇਖਿਆ ਵੀ ਜੇ ਇੰਡੀਆ ਨੂੰ ਲੈਣਾ ਹੈ ਆਪਣੇ ਅਧਿਕਾਰ ਖੇਤਰ 'ਚ ਲੰਬੇ ਵਕਤ ਲਈ ਜਿਵੇਂ ਉਹਨਾਂ ਨੇ ਹੰਗਰੀ ਨੂੰ ਲਿਆ ਸੀ ਚੈਕੋਸਲੋਵਾਕੀਆ ਨੂੰ ਲਿਆ ਸੀ ਦੇ ਸਿਕਾਨੂਸ ਆਪ ਗਸ ਖਾਣਾ ਜ਼ਰੂਰੀ ਹੈ ਸੋ ਫਿਰ 1980 ਤੋਂ ਹੀ ਉਹਨਾਂ ਨੇ ਪਲਾਨ ਕੀਤਾ ਕਿਸ ਤਰੀਕੇ ਨਾਲ ਕਿਵੇਂ ਮਾਡਲ ਬਣਾ ਕੇ ਦਰਬਾਰ ਸਾਹਿਬ ਦਾ ਰਿਹਰਸਲ 1981-82 ਚ ਕਰਦੇ ਰਹੇ ਲੈਫਟ ਹੈਂਡ ਜਨਰਲ ਸਿਨਾ ਜਿਹੜਾ ਵੈਸਟਰਨ ਕਮਾਂਡ ਦਾ ਸੀ ਉਹਨੂੰ ਕਿਵੇਂ 1982 1981 ਸੰਤਾਨ ਦੀ ਗ੍ਰਿਫਤਾਰੀ ਵੇਲੇ ਉਹ ਟੈਂਕ ਵਰਤਣਾ ਚਾਹੁੰਦੇ ਸੀ ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਹੈ ਇੰਦਰਾ ਗਾਂਧੀ ਦੇ ਵਾਪਸ ਪਾਵਰ ਚਾਣ ਦੇ ਨਾਲ ਇਹਦੀ ਸ਼ੁਰੂਆਤ ਹੋ ਗਈ 2010 ਦੇ ਵਿੱਚ ਯੂਰਪ ਦੇ ਵਿੱਚ ਬਹੁਤ ਠੰਡ ਹੋਈ ਇੱਥੇ ਵੀ ਠੰਡ ਹੈ ਕਿ ਨਹੀਂ ਜੀ ਆ ਜਾਏਗੀ ਹਾਂ ਬਲੋ 20 ਟੈਂਪਰੇਚਰ ਹੈ ਵਾਸ਼ਿੰਗਟਨ ਤਾਂ ਸਾਡੇ ਆਲਮੋਸਟ ਸਬ ਸਕੂਲ ਵਗੈਰਾ ਵੀ ਬੰਦ ਨੇ ਔਰ ਬਹੁਤ ਜਿਹੜਾ ਉਹ ਐਕਸਟ੍ਰੀਮਲੀ ਬੈਡ ਵੈਦਰ ਹੈ ਜੀ ਯੂਰਪ ਦੇ ਵਿੱਚ ਵੀ 2010 ਦੇ ਵਿੱਚ ਹੁਣ ਤੋਂ 5 ਸਾਲ ਪਹਿਲਾਂ ਇੰਨੀ ਠੰਡ ਪਈ ਕਿ 122 ਬੰਦੇ ਮਰ ਗਏ ਸੀ 2014 ਚ ਜੈਨਟ ਯੈਲੋ ਇਹ ਅਮਰੀਕਾ ਦੀ ਪਹਿਲੀ ਔਰਤ ਬਣੀ ਜਿਹੜੀ ਕਿ ਜਿਸ ਨੂੰ ਚੇਅਰਮੈਨ ਯੂਐਸ ਫੈਡਰਲ ਰਿਜ਼ਰਵ ਮੁਕਰ ਚਿਤਾ ਗਿਆ ਸੋ ਇਹ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਪੁਰਸ਼ੁਕਰੀਆ ਸਾਡਾ ਅੱਜ ਦਾ ਸਵਾਲ ਹੈ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਆਪਣੀਆਂ ਸਜਾਵਾਂ ਘਟ ਚੁੱਕੇ ਭਾਰਤ ਦੀਆਂ ਅੱਡ-ਅੱਡ ਜੇਲਾਂ ਵਿੱਚ ਬੰਦੀ 13 ਸਿੱਖਾਂ ਨੂੰ ਨਾ ਕਰ ਦਿੱਤੀ ਹੈ ਨਾਲ ਹੀ ਉਸ ਨੇ ਸਿੱਖਾਂ ਦੀਆਂ ਬਲੈਕਲਿਸਟਾਂ ਨੂੰ ਰਿਹਾ ਕਰਨ ਤੋਂ ਨਾ ਕਰ ਨਾ ਕਰ ਦਿੱਤੀ ਹੈ ਨਾਲ ਹੀ ਉਸ ਨੇ ਸਿੱਖਾਂ ਦੀਆਂ ਬਲੈਕਲਿਸਟਾਂ ਖਤਮ ਕਰਨ ਤੋਂ ਵੀ ਨਾ ਕਰ ਦਿੱਤੀ ਹੈ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ ਦੇਖੋ ਇਹ ਹਕੀਕਤ ਸਾਹਮਣੇ ਹੈ ਕਦੇ ਬਾਦਲ ਬੀਜੇਪੀ ਦੇ ਨਾਲ ਨਾ ਮਾਸ ਦਾ ਰਿਸ਼ਤਾ ਕਹਿੰਦਾ ਸੀ ਫਿਰ ਪਤੀ ਪਤਨੀ ਬਣ ਗਿਆ ਹੁਣ ਪਿੱਛੇ ਅਸੈਂਬਲੀ ਚ ਕਹਿ ਕੇ ਆਇਆ ਜੀ ਮੈਂ ਤਾਂ ਮਰਨ ਲੱਗਿਆ ਵੀ ਆਪਣੇ ਮੁੰਡੇ ਨੂੰ ਕਹਿ ਜਾਣਾ ਵੀ ਇਹਨਾਂ ਦਾ ਸਾਥ ਨਾ ਛੱਡੀ ਜੀ ਪਰ ਜੇ ਹੁਣ ਉਹ ਪਤੀ ਠੁੱਡ ਮਾਰਨ ਤੇ ਆਇਆ ਹੋਇਆ ਤੇ ਪਤਨੀ ਜਿੰਨਾ ਮਰਜ਼ੀ ਜੀਜੀ ਕਰੀ ਜਾਏ ਉਹਨਾਂ ਨੇ ਫਿਰ ਫੈਸਲਾ ਕਰ ਲਿਆ ਕਿ ਭਈ ਹੁਣ ਇੱਕ ਪਾਸੇ ਪਾਇ ਗੁਰਬਖਸ਼ ਸਿੰਘ ਜਿਹੜੇ ਨੇ ਉਹ ਵਰਤ ਤੇ ਬੈਠੇ ਨੇ ਆਲਮੋਸਟ 53 54 ਦਿਨ ਹੋ ਗਏ ਬਾਦਲ ਨੇ ਵੀ ਇਹ ਇਹ ਦੇਖਦੇ ਆ ਕਿ ਚਾਰਚ ਫੇਰੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਾਹਮਣੇ ਆ ਗਿਆ ਔਰ ਇਹ ਕੁਛ ਨਾ ਕੁਛ ਕਰਨਾ ਚਾਹੀਦਾ ਉਹਨੇ ਚਿੱਠੀ ਲਿਖੀ ਸੀ ਹੋਮ ਮਿਨਿਸਟਰੀ ਨੂੰ ਕਿ ਜੀ ਇਹ ਜਿਹੜੇ ਬੰਦੀ ਨੇ ਇਹਨਾਂ ਜੇਲਾਂ ਦੇ ਵਿੱਚ ਇਹਨਾਂ ਨੂੰ ਛੱਡਿਆ ਜਾਏ ਜਿਹੜੇ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਨੇ ਔਰ ਨਾਲ ਹੀ ਉਹਦੇ ਚ ਉਹਨੇ ਬਲੈਕ ਲਿਸਟਾਂ ਦੀ ਵੀ ਗੱਲ ਕੀਤੀ ਸੀ ਜੀ ਕਿ ਜਿਹੜੀਆਂ ਕਾਲੀਆਂ ਲਿਸਟਾਂ ਨੇ ਕਾਲੀ ਸੂਚੀਆਂ ਜਿਹਦੇ ਚ ਕਿ ਬਾਹਰਲੇ ਸਿੱਖ ਜਾ ਹੀ ਨਹੀਂ ਸਕਦੇ ਵੀਜ਼ਾ ਨਹੀਂ ਦਿੰਦੇ ਇਹਨਾਂ ਨੂੰ ਖਤਮ ਕੀਤਾ ਜਾਏ ਹੁਣ ਜਿਹੜਾ ਹੋਮ ਮਿਨਿਸਟਰੀ ਨੇ ਉਸ ਚਿੱਠੀ ਦੇ ਉੱਤੇ ਵਿਚਾਰ ਕਰਕੇ ਪੁਨਰ ਵਿਚਾਰ ਜਾਂ ਰਿਵਿਊ ਕੀਤਾ ਉਹਨਾਂ ਨੇ ਉਹਨੂੰ ਟਰੈਸ਼ ਕਰਤਾ ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ ਛੱਡਿਆ ਜਾ ਸਕਦਾ ਹੁਣ ਜਿਹੜੇ ਫੜੇ ਹੋਏ ਨੇ ਸਿੰਘ ਉਹਨਾਂ ਦਾ ਉਹਨਾਂ ਚੋਂ ਪਾਈ ਬਰਿਆਮ ਸਿੰਘ ਨੇ ਯੂਪੀ ਦੇ ਵਿੱਚ ਗੁਰਮੀਤ ਸਿੰਘ ਫੌਜੀ ਨੇ ਆ ਰਾਜਸਥਾਨ ਦੇ ਵਿੱਚ ਲਾਲ ਸਿੰਘ ਨੇ ਗੁਜਰਾਤ ਦੇ ਵਿੱਚ ਦਿਆਲ ਸਿੰਘ ਲਾਹੌਰੀਆ ਦਿੱਲੀ ਗੁਰਦੀਪ ਸਿੰਘ ਖਹਿਰਾ ਕਰਨਾਟਕਾ ਤੇ ਦਿੱਲੀ ਜੇਲ੍ਹ ਚ ਜਵੇਂਦਰਪਾਲ ਸਿੰਘ ਭੁੱਲਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਉਰਾਏ 19 ਸਾਲ گزار ਚੁੱਕੇ ਨੇ ਜੇਲ੍ਹ ਜੀ ਚੰਡੀਗੜ੍ਹ ਚ ਗੁਰਮੀਤ ਸਿੰਘ ਸ਼ਮਸ਼ੇਰ ਸਿੰਘ ਲਖਵਿੰਦਰ ਸਿੰਘ ਸੁਭੇਗ ਸਿੰਘ ਔਰ ਨੰਦ ਸਿੰਘ ਤੇ ਮਿਨਿਸਟਰੀ ਆਫ ਇਹਨਾਂ ਨੇ ਗ੍ਰਹਿਮ ਉਤਾਰਨ ਨੇ ਕਿਹਾ ਕਿ 58 ਜਿਹੜੇ ਨੇ ਉਹ ਬਲੈਕਲਿਸਟਡ ਨੇ ਸੋ ਬਾਦਲ ਨੂੰ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਭਾਈ ਅਸੀਂ ਕੋਈ ਤੁਹਾਡਾ ਬੰਦਾ ਨਹੀਂ ਛੱਡਣਾ ਹੁਣ ਇਹ ਸਾਰੇ ਨੂੰ ਕਿਵੇਂ ਅੱਗੇ ਲੈ ਕੇ ਤੁਰਨਗੇ ਗੱਲ ਸਿਰਫ ਜਿਹੜੀ ਹੈ ਛੱਡਣ ਤੱਕ ਨਹੀਂ ਹੈ ਮਹਦੂਦ ਉਹਨਾਂ ਨੇ ਇਹ ਫੈਸਲਾ ਕਰ ਲਿਆ ਲੱਗਦਾ ਹੈ ਵੀ ਸਿੱਖਾਂ ਦੇ ਨਾਲ ਉਹਨਾਂ ਨੇ ਟਕਰਾਅ ਦੀ ਰਾਜਨੀਤੀ ਕਰਨੀ ਹੈ ਉਹ ਟਕਰਾਅ ਦਾ ਮਤਲਬ ਹੈ ਅਗੋਂ ਨਸਲ ਖੁਸ਼ੀ ਤੇ ਜੇ ਹੁਣ ਵੀ ਇਹ ਬੇਸ਼ਰਮ ਆਦਮੀ ਪ੍ਰਕਾਸ਼ ਸਿੰਘ ਬਾਦਲ ਅਕਲ ਔਰ ਸ਼ਰਮ ਔਰ ਜ਼ਮੀਰ ਨੂੰ ਨਹੀਂ ਜਗਾਉਂਦਾ ਤੇ ਖੁੱਲ ਕੇ ਆਪਣੇ ਖਾਲਸਾਣ ਦੀ ਗੱਲ ਨਹੀਂ ਕਰਦਾ ਤੇ ਫਿਰ ਇਸ ਤੋਂ ਕੌਮ ਵੀ ਸਫਰ ਕਰੇਗੀ ਬਾਕੀ ਤਾਂ ਏ ਭੀਜਪੀ ਨੇ ਦਾਸਤਤਾ ਵੀ ਉਹਨਾਂ ਦੀ ਅਸਲੀਅਤ ਕੀ ਹੈ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਦੋਸ ਸਲੋਕ ਨੰਬਰ 29 ਤੇ 30 ਚੁਣੇ ਨੇ ਜੀ ਪਹਿਲਾ ਸ਼ਲੋਕ ਹੈ ਮਨ ਅੰਤਰ ਹੋਮੈ ਰੋਗ ਪ੍ਰਮ ਭੂਲੇ ਹੋਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸਜਣਾ ਜੀ ਕਿ ਸਾਡੇ ਅੰਦਰ ਜਿਹੜਾ ਹੋਮੈ ਦਾ ਰੋਗ ਹੈ ਹੋਮੈ ਦੀ ਬਿਮਾਰੀ ਹੈ ਹੋਮੈ ਦੀ ਰੋਗ ਹੈ ਜਿਹਨੂੰ ਗੁਰੂ ਸਾਹਿਬ ਨੇ فرمایا ਇਹ ਹੋਮੈ ਹੀ ਸਾਡੇ ਅੰਦਰ ਪਰਮ ਪਰਮ ਦੁਭਧਾ ਨੂੰ ਕਹਿੰਦੇ ਨੇ ਦੁਚਿੱਤੀ ਸਪਸ਼ਟ ਨਾ ਹੋਣਾ ਉਸ ਦੇ ਵਿੱਚ ਸਾਨੂੰ ਭੁਲਾ ਕੇ ਰੱਖਦੀ ਹੈ ਹੋਮੈ ਹੀ ਪਰਮ ਦਾ ਕਾਰਨ ਹੈ ਜੀ ਹੋਮੈ ਸਾਖਤ ਦੁਰਜਨ ਔਰ ਇਹੀ ਹੋਮੈ ਸਾਨੂੰ ਸਾਖਤ ਜਿਹੜੇ ਪੈਸੇ ਦੇ ਪੁਜਾਰੀ ਨੇ ਰੱਬ ਤੋਂ ਟੁੱਟੇ ਹੋਏ ਦੁਰਜਨ ਬੁਰੇ ਲੋਕ ਇਹੀ ਹਉਮੈ ਸਾਨੂੰ ਉਹਨਾਂ ਦੀ ਸੰਗਤ ਦੇ ਵਿੱਚ ਲਿਆ ਕੇ ਸੁੱਟਦੀ ਏ ਨਾਨਕ ਰੋਗ ਗਵਾਏ ਮਿਲ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਹਉਮੈ ਦੇ ਰੋਗ ਨੂੰ ਗਵਾ ਸਤਗੁਰ ਸਾਧੂ ਸੱਜਣਾ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਹਉਮੈ ਦਾ ਰੋਗ ਗਵਾਚਦਾ ਤੇ ਫੇਰ ਸਾਧੂਆਂ ਭਲੇ ਲੋਕਾਂ ਸੱਜਣਾ ਚੰਗੇ ਇਨਸਾਨਾਂ ਦੀ ਸੰਗਤ ਦੇ ਵਿੱਚ ਮਨੁੱਖ ਬੰਧੈ ਸੋ ਸਤਿਗੁਰੂ ਦੀ ਰਹਿਮਤ ਨਾਲ ਹੋਮੇ ਜਾਂਦੀ ਏ ਤੇ ਹੋਮੇ ਦੇ ਜਾਣ ਤੋਂ ਬਾਅਦ ਵੀ ਸਾਨੂੰ ਸਾਧੂ ਸੱਜਣਾ ਭਲੇ ਲੋਕਾਂ ਦੇ ਸਾਥ ਦੀ ਲੋੜ ਹੈ ਤਾਂ ਕਿ ਇਸ ਹੋਮੇ ਤੋਂ ਨਿਰੰਤਰ छुटਕਾਰਾ ਰਹੇ ਔਰ ਦੂਸਰਾ ਸ਼ਲੋਕ ਹੈ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤਿ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਜੀ ਕਿ ਗੁਰੂ ਦੀ ਮੱਤ ਦੇ ਨਾਲ ਜੇ ਅਸੀਂ ਵਾਹਿਗੁਰੂ ਦਾ ਨਾਮ ਲੈਂਦੇ ਹ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦਿਨ ਰਾਤ ਸਾਡਾ ਗੁਜ਼ਰਦਾ ਹੈ ਸਾਡਾ ਸਾਰਾ ਵਜੂਦ ਵਾਹਿਗੁਰੂ ਦੇ ਪਿਆਰ ਵਿੱਚ ਰੰਗਿਆ ਹੋਇਆ ਔਰ ਉਸ ਵਾਹਿਗੁਰੂ ਵਰਗਾ ਹੋਰ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਮੈਂ ਸਾਰਾ ਜਗਤ ਟੋਲ ਕੇ ਦੇਖ ਲੇ ਸਤਿਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਵਾਇਆ ਮਨ ਮੇਰਾ ਉਸ ਨਾਮ ਦੇ ਵਿੱਚ ਪੜਿਆ ਹੋਇਆ ਹੈ ਹੋਰ ਡੋਲਦਾ ਨਹੀਂ ਹੈ ਜਨ ਨਾਨਕ ਹਰਿ ਕਾ ਦਾਸ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਹਰੀ ਦਾ ਦਾਸ ਹਾਂ ਗੁਰ ਸਤਗੁਰ ਕੇ ਗੁਲ ਗੋਲੇ ਸਲੇਵ ਆਫ ਦਾ ਸਲੇਵਸ ਕਿ ਜਿਹੜੇ ਉਸ ਨਿਰੰਕਾਰ ਦੇ ਗੋਲੇ ਨੇ ਮੈਂ ਅੱਗੋਂ ਉਹਨਾਂ ਦਾ ਵੀ ਦਾਸ ਹਾਂ ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਪ੍ਰੇਮ ਵੀਰਸਕੁਲ ਨੇ ਇਜਾਜ਼ਤ ਵੀਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@activ8.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਅਗਿਆਦੋ ਤੇ ਬੁਲਾਦੇਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ